हैं जुदा गए दिल वो मिट जाया नहीं करते, ये वो गुल हैं बहारों में भी मुरझाया नहीं करते, ये वो गुल हैं खिजा में भी जो मुरझाया नहीं करते, नसीर इस ऊंचाई उल्फत में रुसवाई भी होती है, नसीर इस ऊंचाई उल्फत में रुसवाई भी होती है, मुसीबत आ पड़े सर पे तो घबराया नहीं करते, मुसीबत आ पड़े सर पर तो घबराया नहीं करते। अहबाब मेरे भाइयों ने तो बड़ी मोहब्बत वाली गल्लां कीतियां, लेकिन आज जो मकसद सी साढ़े सब का इकट्ठे होने का और मुरीदैन नूं इकट्ठा करन दा, उस हवाले नाल बड़ी मुख्तसर दियां गल्लां कीतियां ने, सारा कुछ मेरे ते पा छोड़िया ने, ते अर्ज़ ए बेलियो असी तुहानूं मुहब्बत नाल बुलाया है ते तुसीं वध मुहब्बत नाल आए हो, असी तीनों भाई तुहाडे सब दे शुक्र गुजार हाँ। ਅੱਜ ਦੇ ਇਸ ਇਕੱਠ ਦਾ ਜੋ ਮਕਸਦ ਸੀ ਉਹ ਅਹਬਾਬ ਤੇ ਵਾਜ਼ੇ ਤਾਂ ਹੋ ਗਿਆ, ਲੇਕਿਨ ਮੈਂ ਖੁੱਲ੍ਹੇ ਲਫ਼ਜ਼ਾਂ 'ਚ ਆਖਾਂ ਅਤੇ ਸਾਡੇ ਹਲਕਾ ਮਾਮੂ ਕਾਂਜਣ ਪੀਪੀ 103 ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਅਸਾਂ ਤਿੰਨਾਂ ਭਾਈਆਂ ਨੇ ਕਦਮ ਰੱਖਿਆ। ਮਾਂ ਸਾਹਿਬ ਫਰਮਾ ਰਹੇ ਸਨ ਕਿ ਪੀਰ ਮੁਨੀਰ ਅਹਿਮਦ ਸ਼ਾਹ ਸਾਹਿਬ ਜਿੱਥੇ ਕਦਮ ਰੱਖਦੇ ਸਨ ਉੱਥੇ ਕਦਮ ਪਟੀਂਦਾ ਨਹੀਂ ਹਾ। ਤੋ ਮੈਂ ਅਰਜ਼ ਕੀਤੀ ਕਿ ਸਾਡੇ ਉੱਤੇ ਵੀ ਖਾਜਾ ਸ਼ਬੀਰ ਅਹਿਮਦ ਸ਼ਾਹ ਦਾ ਹੱਥ ਹੈ, ਪੀਰ ਮੁਨੀਰ ਅਹਿਮਦ ਸ਼ਾਹ ਸਾਹਿਬ ਦਾ ਹੱਥ ਹੈ, ਸੈਯਦ ਮੁਹੰਮਦ ਮੁਸ਼ਤਾਕ ਅਹਿਮਦ ਸ਼ਾਹ ਸਾਹਿਬ ਦਾ ਹੱਥ ਹੈ, ਹਾਜੀ ਪੀਰ ਸਾਹਿਬ ਦਾ ਹੱਥ ਹੈ। ਅਗਰ ਅਸੀਂ ਇਸ ਕੰਮ ਨੂੰ ਹੱਥ ਪਾਇਆ ਹੈ ਤੇ ਇਨਸ਼ਾਅੱਲਾ ਸਾਡੇ ਹੱਥ ਵੀ ਇਸ ਕੰਮ ਤੋਂ ਪਟੀਸਣ ਨਹੀਂ ਇਨਸ਼ਾਅੱਲਾ। ਉਹ ਕਿਸੇ ਸ਼ਾਇਰ ਆਖਿਆ ਕਿ ਰਗੋ ਮੇ ਦੌੜਤਾ ਫਿਰਤਾ ਹੈ ਖੂਨੇ ਪੰਜ ਤਨੀ, ਰਗੋ ਮੇ ਦੌੜਤਾ ਫਿਰਤਾ ਹੈ ਖੂਨੇ ਪੰਜ ਤਨੀ, ਮਜਾਲ ਕਿਹਾ ਕਿ ਕੋਈ ਮੋੜ ਲੈ ਇਮਾਮ ਕਾ ਹੱਥ, ਮਜਾਲ ਕਿਹਾ ਕਿ ਕੋਈ ਮੋੜ ਲੈ ਇਮਾਮ ਕਾ ਹੱਥ। ਤੇ ਇਸੇ ਤਰ੍ਹਾਂ ਮੇਰੇ ਭਾਈਆਂ ਦਾ ਵੀ ਹੱਥ ਪਿਆ ਹੈ ਤੇ ਇਨਸ਼ਾਅੱਲਾ ਸਾਡੇ ਹੱਥ ਪਟੀਵਣ ਵਾਲੇ ਨਹੀਂ। ਇਹ ਦੋ ਚਾਰ ਦਿਨ ਪਹਿਲੇ ਕੋਈ ਇੱਕ ਹਲਕਾ ਜਿਹਾ ਪ੍ਰੋਪੋਗੰਡਾ ਹੋਇਆ ਕਿ ਪੀਰ ਬਹਿ ਜਾਸਣ, ਇਨਸ਼ਾਅੱਲਾ ਅੱਜ ਦਾ ਇਹ ਮਜਮਾ ਔਰ ਤੁਹਾਡੇ ਸਭ ਦੀ ਮੁਹੱਬਤ, ਅਸੀਂ ਤਾਂ ਕੁਝ ਵੀ ਨਹੀਂ ਆਏ ਅਗਰ ਤੁਹਾਡਾ ਸਭ ਦਾ ਸਾਥ ਨਾ ਹੋਵੇ, ਲੇਕਿਨ ਅੱਜ ਦਾ ਇਨਸ਼ਾਅੱਲਾ ਇਹ ਮਜਮਾ ਕਈਆਂ ਦੇ ਮੂੰਹ ਬੰਦ ਕਰ ਛੱਡਸੀ ਇਨਸ਼ਾਅੱਲਾ। ਇਨਸ਼ਾਅੱਲਾ ਨੂੰ ਅੱਜ ਪਤਾ ਚੱਲ ਜਾ ਸੀ ਕਿ ਅੱਜ ਖਾਜਾ ਦਾਇਮੁਲ ਹਜ਼ੂਰੀ ਔਰ ਦੌਲਤ ਸ਼ਰੀਫ ਦੇ ਆਸਥਾਨੇ ਤੂੰ ਜਿਹੜੀ ਇਹ ਗੱਲ ਚੱਲੀ ਏ ਇਹ ਇਨਸ਼ਾਅੱਲਾ ਹੁਣ ਬਹਿਣ ਵਾਲੀ ਨਹੀਂ ਹੈ ਇਨਸ਼ਾਅੱਲਾ। ਇਨਸ਼ਾਅੱਲਾ ਔਰ ਇਹ ਜਿਹੜਾ ਜੰਮੇ ਗਫੀਰ ਅੱਜ ਇਕੱਠਾ ਹੋਇਆ ਇਨਸ਼ਾਅੱਲਾ, ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਹਰ ਕੋਈ ਇਸ ਨੂੰ ਆਪਣਾ ਇਲੈਕਸ਼ਨ ਸਮਝ ਕੇ ਲੜੇਗਾ ਇਨਸ਼ਾਅੱਲਾ। ਅਸੀਂ ਐਮ ਪੀ ਏ ਨਹੀਂ ਬਣਾਂਗੇ, ਇਹ ਤੁਸੀਂ ਆਪ ਐਮ ਪੀ ਏ ਬਣੋਗੇ, ਸਾਡਾ ਹਰ ਮੁਰੀਦ ਇਨਸ਼ਾਅੱਲਾ ਐਮ ਪੀ ਏ ਬਣੇਗਾ ਔਰ ਹਜ਼ੂਰ ਦੇ ਸਦਕੇ ਦੇ ਨਾਲ ਸੂਬਾਈ ਅਸੈਂਬਲੀ ਦੇ ਵਿੱਚ ਇਨਸ਼ਾਅੱਲਾ ਰਸੂਲ ਅੱਲਾ ਦੇ ਦੀਨ ਦੀ ਗੱਲ ਉਹ ਸੀ, ਅਗਰ ਅਸੀਂ ਗਏ ਤੇ ਇਨਸ਼ਾਅੱਲਾ ਅਸੀਂ ਮੈਂ ਦੋ ਚਾਰ ਪੰਜ ਗਾਵਾਂ ਤੇ ਗਿਆ ਔਰ ਭਾਈਜਾਨ ਗਏ ਤੇ ਜਿੱਥੇ ਜਿੱਥੇ ਅਸੀਂ ਕੰਪੇਨ ਕੀਤੀ, ਪਹਿਲੇ ਤਿਲਾਵਤ ਹੋਈ, ਫਿਰ ਹਜ਼ੂਰ ਦੀ ਮਹਿਫਲ ਹੋਈ, ਨਾਤ ਹੋਈ, ਫਿਰ ਚੰਦ ਦੁਨੀਆਂ ਦੀਆਂ ਗੱਲਾਂ ਹੋਈਆਂ ਤੇ ਮੈਂ ਅਰਜ਼ ਕੀਤੀ ਕਿ ਮੀਆਂ ਇਨਸ਼ਾਅੱਲਾ ਅਸੀਂ ਇੱਥੋਂ ਲੈ ਕੇ ਕਿਲਿਆਂ ਵਾਲੇ ਤੱਕ ਔਰ ਅੱਗੇ ਜਿੱਥੋਂ ਤੱਕ ਸਾਡਾ ਹਲਕਾ ਜਾ ਰਿਹਾ ਅਸੀਂ ਹਜ਼ੂਰ ਦੀਆਂ ਨਾਤਾਂ ਹੀ ਪੜਦਿਆਂ ਜਾਵਣਾ।
ਇਨਸ਼ਾਅੱਲਾ ਉਹਨਾਂ ਨਾਤਾਂ ਦੇ ਸਦਕੇ ਦੇ ਨਾਲ ਅੱਲਾ ਸਾਨੂੰ ਕਾਮਯਾਬੀ ਜ਼ਰੂਰ ਦੇਵੇਗਾ। ਇਨਸ਼ਾਅੱਲਾ ਸਾਡਾ ਸਾਥ ਰਿਹਾ ਤੇ ਇਨਸ਼ਾਅੱਲਾ ਅਸੀਂ ਕਾਮਯਾਬ ਵੀ ਹੋਸਾਂ। ਤੇ ਜੇ ਸਾਈਆਂ ਸਾਡੀ ਅੱਗੇ ਕੰਡ ਨਹੀਂ ਲੱਗਣ ਦਿੱਤੀ ਤੇ ਲੱਗਣ ਐਤਕੀ ਵੀ ਨਹੀਂ ਦੇਣੀ। ਇਨਸ਼ਾਅੱਲਾ ਹਜ਼ੂਰ ਦੇ ਸਦਕੇ ਦੇ ਨਾਲ ਸਭ ਆਬਾਬ ਜਿਹੜੇ ਇਸ ਹਲਕੇ ਦੇ ਨੇ ਉਹਨਾਂ ਸਭ ਨੂੰ ਇਹ ਹੁਕਮ ਹੈ ਕਿ ਤੁਸੀਂ ਇਸ ਨੂੰ ਆਪਣਾ ਇਲੈਕਸ਼ਨ ਸਮਝ ਕੇ ਲੜੋ। ਇਨਸ਼ਾਅੱਲਾ ਸਾਨੂੰ ਉਮੀਦ ਹੈ ਕਿ ਕਾਮਯਾਬੀ ਆਪਣਾ ਮੁਕੱਦਰ ਬਣੇਗੀ ਔਰ ਇਨਸ਼ਾਅੱਲਾ ਕਈ ਕਈ ਬੁਰਜਾ ਪੜਾਵਾਂਗੇ। 30 ਦਿਨ ਦਾ ਟਾਈਮ ਹੈ ਸਾਡੇ ਕੋਲ, 30 ਦਿਨਾਂ ਵਿੱਚ ਇਲੈਕਸ਼ਨ ਲੜਿਆ ਨਹੀਂ ਜਾਂਦਾ। ਮੈਂ ਲੱਕਾਂ ਲਈ ਜਾ ਕੇ ਦੋਸਤ ਬੈਠੇ ਹੋ ਸਨ, ਉੱਥੇ ਗੱਲ ਕੀਤੀ, ਮੈਂ ਕਿਹਾ ਤੁਹਾਡਾ ਸਾਥ ਰਿਹਾ ਨਾ ਤੇ ਇਨਸ਼ਾਅੱਲਾ ਅਸੀਂ ਇਤਰੇ ਦਿਨਾਂ ਵਿੱਚ ਕਈਆਂ ਦੇ ਬੁਰਜਾਂ ਦੇ ਗੋਡਿਆਂ 'ਚ ਬਸਾਂ ਹੈ। ਤੇ ਬਾਬਾ ਸਾਹਿਬ ਨੇ ਖਲਾ ਉਸ ਆਖਿਆ, ਹਜ਼ੂਰ ਗੋਡਿਆਂ 'ਚ ਬੈਣ ਕੀ ਹੁੰਦਾ ਹੈ, ਆਪਾਂ ਇਨਸ਼ਾਅੱਲਾ ਉਹਨਾਂ ਦੀ ਕੰਨੀ ਤੇ ਲੱਤ ਰੱਖ ਕੇ ਬਿਸਾਏ। ਮੈਂ ਕਿਹਾ ਇਨਸ਼ਾਅੱਲਾ ਤੁਹਾਡੀ ਮੁਹੱਬਤ ਰਹੀ ਤੇ ਇਵੇਂ ਹੀ ਕਰਸਾ ਹੈ। ਹਜ਼ੂਰ ਦੇ ਸਦਕੇ ਤੁਸੀਂ ਸਭ ਨੇ ਸਾਡਾ ਵੀ ਸਾਥ ਦੇਣਾ ਹੈ, ਸਾਡੇ ਭਾਈ ਦਾ ਵੀ ਸਾਥ ਦੇਣਾ ਹੈ। ਤੁਸੀਂ ਸਭ ਅਹਿਬਾਬ ਨੇ ਤਿੰਨੋਂ ਪੀਰ ਬੈਠੇ ਤੇ ਅਸੀਂ ਬੜੇ ਪਰੇਸ਼ਾਨ ਸਾਂ ਤੇ ਉਹ ਜਿਵੇਂ ਉਹ ਪਹਿਲੇ ਮੈਂ ਗੱਲ ਕੀਤੀ ਇਹ ਕਿ ਮੁਸੀਬਤ ਆ ਪੜੇ ਸਰ ਪਰ ਤੋ ਘਬਰਾਇਆ ਨਹੀਂ ਕਰਦੇ। ਅਸੀਂ ਕੁਝ ਕੁਝ ਘਬਰਾ ਰਹੇ ਸਾਂ ਕਿ ਇਹ ਸਿਆਸੀ ਮਾਮਲਾ ਹੈ ਤੇ ਬੜਾ ਔਖਾ ਮਾਮਲਾ ਹੈ ਔਰ ਬੜਾ ਵੱਡਾ ਹਲਕਾ ਹੈ ਤੇ ਤੁਹਾਨੂੰ ਪਤਾ ਹੈ ਕਿ ਬੜੇ ਮਾਮਲਾਤ ਹੁੰਦੇ ਹਨ ਸਿਆਸਤ ਦੇ ਵਿੱਚ, ਬੜੀਆਂ ਚੀਜ਼ਾਂ ਹੁੰਦੀਆਂ ਤੇ ਅਸੀਂ ਘਬਰਾ ਰਹੇ ਆਏ ਕਿ ਕੀ ਬਣ ਸੀ ਤੇ ਕਿਵੇਂ ਹੋ ਸੀ ਮਾਮਲਾ ਸਾਰਾ। ਲੇਕਿਨ ਹਜ਼ੂਰ ਦਾ ਸਦਕਾ ਇਨਸ਼ਾਅੱਲਾ ਔਰ ਸਦਕਾ ਨਬੀ ਪਾਕ ਦਾ ਸਾਨੂੰ ਇਹ ਯਕੀਨ ਹੈ ਕਿ ਹਰ ਹਵਾਲੇ ਦੇ ਨਾਲ ਇਹ ਅਹਬਾਬ ਸਾਡੇ ਨਾਲ ਖੜੇ ਨੇ। ਜਿਹੜੇ ਜਿਹੜੇ ਖੜੇ ਨੂੰ ਹੱਥ ਖੜਾ ਕਰਨ ਨਾ ਜੀ, ਬਸ ਇੰਨੇ ਹੱਥ ਸਾਡੇ ਨਾਲ ਹਨ ਤੇ ਫਿਰ ਕੋਈ ਆ ਕੇ ਕਿ ਤੁਸੀਂ ਇਕੱਲੇ ਹੋ ਇਨਸ਼ਾਅੱਲਾ। ਤੇ ਮੇਰੇ ਭਾਈ ਆ ਕੇ ਹੈ ਕਿ ਜਿਹੜੇ ਦੋਸਤ ਅਹਬਾਬ ਦੂਸਰੇ ਹਲਕਿਆਂ ਦੇ ਵਿੱਚ ਵੀ ਨੇ ਉਹ ਵੀ ਸਾਡੀ ਕੰਪੇਨ ਦੇ ਵਿੱਚ ਸ਼ਿਰਕਤ ਕਰਨ ਔਰ ਜਿਸ ਤਰ੍ਹਾਂ ਵੀ ਤੁਸੀਂ ਸਾਡੇ ਨਾਲ ਤਾਮਨ ਕਰ ਸਕਦੇ ਹੋ ਤੁਸੀਂ ਸਭ ਅਹਬਾਬ ਨੇ ਸਾਡੇ ਨਾਲ ਚੱਲਣਾ ਹੈ। ਅੱਲਾਹ ਪਾਕ ਤੁਹਾਨੂੰ ਸਭ ਨੂੰ ਸਲਾਮਤ ਰੱਖੇ ਹਜ਼ੂਰ ਦੇ ਸਦਕੇ ਦੇ ਨਾਲ ਔਰ ਤੁਹਾਡੀਆਂ ਦੁਆਵਾਂ ਸਾਡੇ ਵਾਸਤੇ ਨੇ। ਤੁਸੀਂ ਸਭ ਨੇ ਜਿਹੜੇ ਨਹੀਂ ਵੀ ਸਾਡਾ ਤਾਮਨ ਕਰ ਸਕਦੇ ਹੋ ਕਮ ਅਜ਼ ਕਮ ਸਾਡੇ ਵਾਸਤੇ ਦੁਆ ਕਰ ਦਿਓ ਕਿ ਅੱਲਾਹ ਪਾਕ ਸਾਨੂੰ ਕਾਮਯਾਬੀਆਂ ਅਤਾ ਫਰਮਾਏ ਔਰ ਅਸੀਂ ਤੁਹਾਡੇ ਵਾਸਤੇ ਦੁਆ ਗੁਆ ਹੈ ਕਿ ਤੁਹਾਨੂੰ ਵੀ ਰੱਬ ਕਿਸੇ ਮੈਦਾਨ ਵਿੱਚ ਨਾਕਾਮੀ ਨਾ ਦੇਵੇ। ਔਰ ਦੁਆਵਾਂ ਅਗਰ ਸਾਡੇ ਨਾਲ ਹੋਈਆਂ ਤੇ ਮੁੜ ਜਿਹੜਾ ਹੈ ਸਾਨੂੰ ਰੱਬ ਜਿਹੜਾ ਹੈ ਉਹ ਇਨਸ਼ਾਅੱਲਾ ਕਾਮਯਾਬੀਆਂ ਦੇ ਸੀ। ਔਰ ਨਾਲ ਨਾਲ ਇਹ ਗੱਲ ਦੱਸਾਂ ਹੈ ਕਿ ਅਬੂ ਜੀ ਫਰਮਾਉਂਦੇ ਆਣ ਕਿ ਮੁਰੀਦਾਂ ਦੀਆਂ ਦੁਆਵਾਂ ਪੀਰਾਂ ਨੂੰ ਔਰ ਪੀਰਾਂ ਦੀਆਂ ਦੁਆਵਾਂ ਮੁਰੀਦਾਂ ਨੂੰ। ਠੀਕ ਹੈ ਅਹਿਬਾਬ, ਅੱਲਾ ਆਪ ਸਭ ਨੂੰ ਸਲਾਮਤ ਰੱਖੇ। ਤੁਹਾਡੀ ਸਾਨੂੰ ਫੁੱਲ ਸਪੋਰਟ ਹੈ, ਤੁਸੀਂ ਸਾਡੇ ਨਾਲ ਹੋ ਤੇ ਇਨਸ਼ਾਅੱਲਾ ਤਾਲਾ ਸਾਨੂੰ ਕਿਸੇ ਮੈਦਾਨ ਵਿੱਚ ਕਿਸੇ ਦੀ ਲੋੜ ਹੀ ਨਹੀਂ। ਤੇ ਪੀਪੀ 123 ਦੇ ਵਿੱਚ ਕਮਾਲੀਆ ਵਾਲੇ ਹਲਕੇ ਦੇ ਵਿੱਚ ਅਸਾਂ ਤਿੰਨਾਂ ਵਿਆਹਾਂ ਨੇ ਚੌਧਰੀ ਖੁਸ਼ੀ ਮੁਹੰਮਦ ਜੱਟ ਸਾਹਿਬ ਦਾ ਐਲਾਨ ਕੀਤਾ ਹੈ। ਬੇਲੀਓ ਚੌਧਰੀ ਸਾਹਿਬ ਇਨਸ਼ਾਅੱਲਾ ਤਾਲਾ ਮਾੜਿਆਂ ਨਾਲ ਪਿਆਰ ਕਰਨ ਵਾਲੇ, ਮੁਹੱਬਤ ਕਰਨ ਵਾਲੇ ਤੇ ਬੇਲੀਓ ਸਾਨੂੰ ਬੰਦਾ ਵੀ ਉਹ ਜਿਹਾ ਚਾਹੀਦਾ ਹੈ ਕਿ ਸਾਡੇ ਮੁਰੀਦਾਂ ਦਾ ਕੰਮ ਹੋਵੇ ਤੇ ਉਹ ਆਪਣੀ ਸੀਟ ਤੋਂ ਖਲੋ ਜਾਵੇ।
اور کہے کہ پیر منیر احمد شاہ اور پیر حاجی پیر صاحب اور پیر مشتاق احمد شاہ صاحب اور پیر شبیر دے مریداں دا کام میں تے میں کرنا ہے انشاءاللہ تعالی تے تساں بڑیاں نو ازما کے ویکھ لیا بڑیاں نو ازما کے ویکھ لیا کئی کوڑ بھی مار گئے تے کئی جنتا بھی ونڈ گئے اویاں تساں بڑیاں نو ازما لیا کئی کوڑ مار دے آن تے کئی منافقتا کر دے آن تے کئی جنتا ونڈ دے آن کمالیا دے حلقے دے وچ سب پیر بھائیاں نے انہاں نوں کامیاب کروانا ہے تے او بھی الیکشن ساڈا الیکشن ہے کئی کہ پیرا بڑے جڑا ہے پیسے لے لے تے ائیں کر لیا تے ائیں کر لیا او میاں اسی پیسیاں والے نہیں ہاں سانو اگر ضرورت پیندی ہے نا پیسیاں دی تے اسی خواجہ شبیر کول منگنے ہاں اگر سانو جدو لوڑ پیندی ہے تے اسی حضور خواجہ دائم الحضوری کول منگنے ہاں سانو لوکاں کول جدو ساڈے سائیاں دا خزانہ مک جا سی مڑ کے ویکھ لی سائیں جدو نہیں مکن والا جدو خواجہ شبیر دا خزانہ مصطفیٰ دا خزانہ ہے خواجہ دائم الحضوری دا خزانہ مصطفیٰ دا خزانہ ہے تے جدو مصطفیٰ دا خزانہ کدی مکن والا نہیں تے سانو پھر لوکاں دی لوڑ بھی نہیں سانو جدو بھی لوڑ پئی ہے اسی سائیاں نوں عرض کیتا ہے تے سائیاں مہربانیاں کر دیتی ہیں اسی گڈیاں والے نہیں ہاں اسی دلاں والے ہیں ہیں جی اور انشاءاللہ آپ سب نوں اللہ سلامت رکھے اے ایک گل بڑا پروپیگنڈا ہے کمالی والے ہوں کہ وہ جی جڑا بندہ خوشی جٹ کی سپورٹ کرنا ہے تو وہ درویش کیا بندہ تے بندے آندے نے پیسے لے لے ہوں میں تمہیں ایک گل کراں کہ جڑا خوشی محمد جٹ ہے نا بہ جو ذرا گل سن لو ووٹ انہوں بھاویں کہ نہ دینا ہے وہ ایک وکری گل جے نہ نہیں دینا انہوں نے بھی وکری گل ہے لیکن گل سن لو ایک میری ایک سیکنڈ اے نا جی خوشی جٹ دا ساڈا ادوں دا تعلق ہے جدوں انہیں الیکشن دا کدی سوچیا بھی نہیں ہے اسی انہوں آکھیا کہ یار تو وہ بندہ ہے جڑا اکثر مینو فون کر کے تے آندا ائی کہ حضور جڑے کوئی بیمار پیر بھائی ہوویں کوئی بیمار ہوویں جڑے اپنا علاج نہ کرا سکدے ہوویں انہاں نوں تسی میرے لیے ڈور دیتا کرو اللہ اللہ تے میں کئی بندے کلین چودھری صاحب انہاں دا پرائیویٹ ہسپتالاں وچ علاج کرا کے تے انہاں دے بھلا اس او ویکھو جڑے تسی ساڈے پیر بھائی ہوندے ہو نا میری گل یاد رکھیا ہے اسی صرف تواڈے واسطے دعا کرن واسطے نہیں بیٹھے جدو تسی تکلیف ہے جمتے ہو ساڈا بھی دل کرتا ہے کہ کش ہوئے تے تانوں دوائی دے پیسے بھی دے دیئے تانوں لنگر بھی کھوا دیئے تواڈی کوئی تکلیف ہوئے تے تواڈی دنیا بھی مدد بھی کریے تے میں کئی مریضاں نوں گلیا ہے تے انہاں دا انہاں نے علاج کروایا ہے ایک بندہ اتنی خدمت کرتا ہے سیاست وچ نہ ہو کے تے ایو جے بندے نوں میں آکھیا میں کہ جناب جے تسی اتنی خدمت کرتے ہو تے تیرے رنگے بندے نوں الیکشن وچ بھی ہونا چاہیے تے تو تاں انہاں سارے نالوں چنگا ہے تے میں انہاں نوں اسی انہاں نوں تے بھلا ہے گل کرن والی اور رہ گئی گل ساڈے الیکشن دی ایک گل میں واضح کر دوں امام آپ بھی اور علی حیدر بھی پیر علی حیدر صاحب اور میں اسی کاغذات اپنے جمع کراون گئے انہاں دے بھی اسی کاغذ جمع کرائے میرے بھی جمع کرائے
ਤੇ ਜਦੋਂ ਅਸੀਂ ਉੱਥੇ ਉਹ ਲਿਖਣ ਲੱਗੇ ਨਾ ਜੀ ਤੁਹਾਡੇ ਅਕਾਊਂਟ ਵਿੱਚ ਕਿੰਨੇ ਪੈਸੇ ਹਨ, ਮੈਂ ਤਾਂ ਆਖਿਆ ਜੀ ਮੇਰੇ ਅਕਾਊਂਟ ਵਿੱਚ ਹੈ 4-5 ਹਜ਼ਾਰ ਰੁਪਈਆ, ਇਹਨਾਂ ਵੀ ਕੋਈ 10-15 ਹਜ਼ਾਰ ਹੀ ਦੱਸਿਆ। ਉਹ ਜਿਹੜਾ ਉਹ ਵਕੀਲ ਹੈ ਸਾਡਾ, ਜਿਸ ਦਿਨ ਮੈਂ ਸਟੇਟਮੈਂਟ ਲੈਣੇ ਗਿਆ ਉਸ ਦਿਨ 1000 ਰੁਪਏ ਅਕਾਊਂਟ ਵਿੱਚ ਪਵਾਏ। ਹਾਂ, ਉਹ ਅਕਾਊਂਟ ਵਿੱਚ 1000 ਰੁਪਇਆ ਪਵਾ ਕੇ ਤੇ ਅਕਾਊਂਟ ਦੀ ਸਟੇਟਮੈਂਟ ਲਈ। ਉਹ ਬਈ ਉੱਥੇ ਮੈਨੂੰ ਵਕੀਲ ਆਖਿਆ ਕਿ ਤੁਸੀਂ MPA ਦਾ ਇਲੈਕਸ਼ਨ ਲੜੂਓ, ਜਿਹੜੇ ਲੋਕ ਕਰੋੜਾਂ ਰੁਪਏ ਲੈਂਦੇ ਪੈਣ ਉਹਨਾਂ ਦੇ ਮੁਕਾਬਲੇ ਤੇ ਇਲੈਕਸ਼ਨ ਲੜੂਓ ਤੇ 5000। ਮੈਂ ਉਹਨੂੰ ਆਖਿਆ, ਮੈਂ ਕਿਹਾ ਯਾਰ 5000 ਹੀ ਹੈ, ਹੋਰ ਤਾਂ ਪੈਸੇ ਕੋਈ ਨਹੀਂ। ਉਹਨੇ ਕਿਹਾ ਜੀ ਬਸ ਇਹ ਕਿਵੇਂ ਤੁਸੀਂ ਇਲੈਕਸ਼ਨ ਲੜ ਸੋ 5000 ਨਾਲ ਤੇ 2000 ਨਾਲ। ਮੈਂ ਕਿਹਾ ਅਸਾਂ ਪੈਸਿਆਂ ਨਾਲ ਇਲੈਕਸ਼ਨ ਨਹੀਂ ਲੜਨਾ, ਅਸਾਂ ਆਪਣੇ ਈਮਾਨ ਦੀ ਤਾਕਤ ਨਾਲ ਲੜਨਾ। ਵਾਹ ਵਾਹ, ਕਿਆ ਬਾਤ, ਨਹੀਂ ਸੱਚਾਈ ਦੀ ਤਾਕਤ ਨਾਲ ਲੜਨਾ। ਕਿਆ ਬਾਤ ਹੈ ਜੀ, ਕਿਆ ਬਸ ਇਤਨੀ ਗੱਲ ਹੈ। ਤੇ ਪੈਸੇ ਕੋਈ ਏਡੀ ਕੋਈ ਲੰਮਾ ਪਦ ਕੋਈ ਨਹੀਂ, ਤੁਸੀਂ ਮੀਆਂ ਮਿਹਰਬਾਨੀ ਕਰਿਆ ਹੈ। ਭਾਈ ਮਾਮ ਤਾਂ ਜ਼ਰਾ ਗੱਲ ਗੋਲ ਚ ਕੀਤੀ, ਮੈਂ ਹੁਣ ਕੈਂਡੀਡੇਟ ਹਾਂ ਤੇ ਗੱਲ ਪੈ ਗਈ ਹੈ ਮੇਰੇ। ਤੇ ਹੁਣ ਗੱਲ ਇਹ ਹੈ ਕਿ ਗੱਡੀਆਂ ਵੀ ਆਪ ਦੀਆਂ ਲੈ ਆਵੇ ਹੈ, ਮੇਰੇ ਕੋਲ ਵਾਕਈ ਪੈਸੇ ਕੋਈ ਨਹੀਂ। ਹਕੀਕਤ ਗੱਲ ਹੈ, ਮੈਂ ਹਲਫਨ ਇਹ ਗੱਲ ਕਰਨਾ, ਮੇਰੇ ਕੋਲ ਪੈਸੇ ਕੋਈ ਨਹੀਂ, ਮਕਈ ਮੇਰੀ ਸੁੱਕਦੀ ਪਈ ਹੈ। ਤੇ ਉਹ ਮੈਂ ਅੱਜ 4 ਵਪਾਰੀਆਂ ਨੂੰ ਆਖਿਆ, ਉਹ ਆਂਦੇ ਨੇ ਗਿੱਲੀ ਇਹ ਨਹੀਂ ਲੈਂਦੇ ਅਸੀਂ ਮਹੀਨਾ। ਤੇ ਮੈਂ ਕਿਹਾ ਉਹ ਮਹੀਨਾ ਤਾਂ ਇਲੈਕਸ਼ਨ ਦਾ ਰਹਿ ਗਿਆ, ਭਾਈ ਮੇਰੀ ਲੈ ਲਓ ਭਾਵੇਂ ਘਾਟੇ ਨਾਲ ਲੈ ਲਓ। ਹੁਣ ਗੱਲ ਇਹ ਹੈ, ਬਹਿ ਜਾਓ ਗੱਲ ਸੁਣੋ, ਹੁਣ ਗੱਲ ਇਹ ਹੈ ਕਿ ਪੈਸੇ ਨਾ ਦਿਓ ਲੇਕਿਨ ਕਮ ਅਜ਼ ਕਮ ਇਸ਼ਤਿਹਾਰ ਚ ਪਾ ਦਿਓ, ਗੱਡੀਆਂ ਲੈ ਆਓ, ਆਪਾਂ ਰਲ ਕੇ ਲੜੀਏ। ਹੁਣ ਭਲਾ ਇਹਨਾਂ ਸਾਨੂੰ ਦੋ ਗਰਾਂ ਨੂੰ, ਖਾਜਾ ਸੈਯਦ ਸ਼ਬੀਰ ਅਹਿਮਦ ਸ਼ਾਹ ਸਾਹਿਬ ਦੀ ਪੱਗ ਨੂੰ ਤੇ ਪੀਰ ਮੁਨੀਰ ਅਹਿਮਦ ਸ਼ਾਹ ਸਾਹਿਬ ਦੀ ਪੱਗ ਨੂੰ ਤੇ ਹਾਜੀ ਪੀਰ ਸਾਹਿਬ ਦੀ ਪੱਗ ਨੂੰ ਤੇ ਖਾਜਾ ਮੁਸ਼ਤਾਕ ਅਹਿਮਦ ਸ਼ਾਹ ਸਾਹਿਬ ਦੀ ਪੱਗ ਨੂੰ ਕੋਈ ਪੈਸੇ ਨਾਲ ਢਾ ਜਾਵੇ ਤੇ ਮੁੜ ਤੇ ਗੱਲ ਮਾੜੀ ਹੈ ਨਾ ਜੀ। ਹਾਏ ਹਾਏ, ਇਹ ਕਿਰਿਆ ਹੈ ਬਸ। ਇਹ ਹੁਣ ਮੀਆਂ ਗੱਡੀਆਂ ਜਿਹਨਾਂ ਕੋਲ ਲੈਣ ਉਹ ਗੱਡੀਆਂ ਵੀ ਲੈ ਗਿਆ ਹੈ, ਇੱਕ ਮਹੀਨਾ ਹੀ ਨੇ। ਤੇ ਜੇ ਅੱਲਾ ਮੌਕਾ ਜੇ ਦਿੱਤਾ ਤੇ ਖਿਦਮਤ ਅੱਗੇ ਹੀ ਤੁਹਾਡੀ ਕਰਨੀ ਹੈ ਤੇ ਮੋੜੀ ਤੁਹਾਡੀ ਕਰਨੀ ਹੈ। ਦੱਸੋ ਫ੍ਰੀ ਆਈ ਕੈਂਪ ਇੱਥੇ ਕੌਣ ਲਵਾਈਂਦਾ ਹੈ? ਨਹੀਂ ਜੀ, ਗੱਲ ਸੁਣੋ, ਫ੍ਰੀ ਆਈ ਕੈਂਪ ਕੌਣ ਲਵਾਈਂਦਾ ਹੈ? ਭਾਈ ਮੇਰੇ ਪੀਰ ਅਲੀ ਹੈਦਰ ਸਾਹਿਬ, ਪੀਰ ਮੁਨੀਰ ਅਹਿਮਦ ਸ਼ਾਹ ਸਾਹਿਬ, ਇਹਨਾਂ ਅਲ ਮੁਨੀਰ ਵੈਲਫੇਅਰ ਫਾਊਂਡੇਸ਼ਨ ਬਣਾਈ ਹੋਈ ਹੈ, ਇਹ ਵੀ ਫ੍ਰੀ ਆਈ ਕੈਂਪ ਕਸੂਰ ਸ਼ਰੀਫ ਵਿੱਚ ਲਵਾਈਂਦੇ ਨੇ। ਬਲੱਡ ਬੈਂਕ ਦੇ ਸਿਲਸਿਲੇ ਇਹਨਾਂ ਨੇ ਵੀ ਸ਼ੁਰੂ ਕੀਤੇ ਹੋਏ ਨੇ। ਇਹਦੇ ਵੀ ਦਰਬਾਰ ਸ਼ਰੀਫ ਤੇ ਮੈਂ ਜਿਤਨੇ ਯੋਗਾਂ ਖਿਦਮਤ ਕਰਨਾ, ਇਹਦੇ ਵੀ ਹਰ ਵੇਲੇ ਲੰਗਰ ਸ਼ਰੀਫ ਚੱਲਦਾ ਹੈ, ਇਹਦੇ ਵੀ ਲੰਗਰ ਸ਼ਰੀਫ ਚੱਲਦਾ ਹੈ। ਇਹ ਅਕੈਡਮੀ ਬਣ ਗਈ ਹੈ, ਇਹ ਅਕੈਡਮੀ ਮੈਂ ਪੀਰ ਅਲੀ ਹੈਦਰ ਸਾਹਿਬ ਉਲੂ ਨਾਲ ਸ਼ਾਮਿਲ ਕਰਕੇ ਬਣਾਈ ਹੈ। ਮੂੰਹ ਤੇ ਬੈਠਾ, ਜਿਸ ਦਿਨ ਅਸੀਂ ਮਦਰਸਾ ਬੱਚੇ ਮਾਸੂਮ ਬੈਠੇ ਮਦਰਸੇ ਦੇ, ਦਿਲ ਵੇਖ ਕੇ ਈਮਾਨ ਤਾਜ਼ਾ ਹੋ ਜਾਂਦਾ ਹੈ। ਔਰ ਇਨਸ਼ਾਅੱਲਾ ਇੱਕ ਮੁਰੱਬੇ ਦੀ ਯੂਨੀਵਰਸਿਟੀ ਬਣ ਸੀ, ਇਹ ਦਾਇਮਲ ਹਜ਼ੂਰੀ ਇਸਲਾਮਿਕ ਅਕੈਡਮੀ ਦਾਇਮਲ ਹਜ਼ੂਰੀ ਇਸਲਾਮਿਕ ਯੂਨੀਵਰਸਿਟੀ ਬਣ ਸੀ, ਔਰ ਇਨਸ਼ਾਅੱਲਾ ਅਸੀਂ ਤਿੰਨੋਂ ਭਾਈ ਮਿਲ ਕੇ ਬਣੀ ਸਾਂ ਇਨਸ਼ਾਅੱਲਾ, ਔਰ ਖਾਜਾ ਸਾਹਿਬ ਦਾ ਦਰਬਾਰ ਵੀ ਬਣੀ ਸਾਂ। ਤੇ ਮੈਂ ਜਿਸ ਦਿਨ ਬੱਚੇ ਆਏ ਨਾ ਪਹਿਲੇ ਦਿਨ, ਤੇ ਤੁਹਾਨੂੰ ਪਤਾ ਹੈ ਫਿਰ ਅਸੀਂ ਲਾ ਤਮਾ ਤੇ ਲਾ ਜਮਾ ਵਾਲੇ ਲੋਕ ਹੈ, ਜੁੜੀ ਤੇ ਸ਼ੈ ਕੋਈ ਨਹੀਂ ਹੁੰਦੀ। ਉਹ ਮੈਂ ਪਰੇਸ਼ਾਨ ਕਿ ਯਾਰ ਸੁਬਹ ਦਾ ਇਹਨਾਂ ਦਾ ਲੰਗਰ ਦਾ ਕਿਵੇਂ ਕਰਨਾ ਹੈ, ਖਾਣਾ ਨਾਸ਼ਤਾ ਦੁਪਹਿਰ ਦਾ ਰਾਤ ਦਾ। ਤੇ ਮੈਨੂੰ ਮੈਂ ਅਲੀ ਬੈਠਾ ਤੇ ਉੱਤੋਂ ਪੀਰ ਅਲੀ ਹੈਦਰ ਤਸ਼ਰੀਫ ਲੈ ਆਏ। ਇਹਨਾਂ ਕਿ ਭਾਈ ਜਾਨ, ਇਨ ਬੱਚੋਂ ਕੇ ਲੀਏ ਜਿਤਨਾ ਦੁੱਧ ਇਸਤੇਮਾਲ ਹੋਗਾ ਵੋ ਮੈਨੇ ਦੇਣਾ ਹੈ। ਮੈਂ ਕਿਹਾ ਯਾਰ ਦੋ ਤੂੰ ਚ ਦਿੱਤਾ ਤੇ ਬਾਕੀ ਵੀ ਹੋ ਗਿਆ ਸੀ। ਉਹ ਦੁੱਧ ਦੀ ਐਸੀ ਬਰਕਤ ਹੋਈ ਕਿ ਇੱਕ ਘੰਟੇ ਦੇ ਵਿੱਚ ਵਿੱਚ ਜਨਾਬ ਇਹਨਾਂ ਦੇ ਬੱਚਿਆਂ ਦੇ ਸਾਰੇ ਲੰਗਰ ਦਾ, ਨਾਸ਼ਤੇ ਦਾ, ਦੁਪਹਿਰ ਦੇ ਖਾਣੇ ਦਾ ਸਾਰਾ ਉਹ ਬੰਦੋਬਸਤ ਹੋ ਗਿਆ। ਤੇ ਇਨਸ਼ਾਅੱਲਾ ਇਹ ਦਾਇਮਲ ਹਜ਼ੂਰੀ ਇਸਲਾਮਿਕ ਅਕੈਡਮੀ, ਇਹ ਇਨਸ਼ਾਅੱਲਾ ਇੱਕ ਦਾਇਮਲ ਹਜ਼ੂਰੀ ਇਸਲਾਮਿਕ ਯੂਨੀਵਰਸਿਟੀ ਬਣ ਸੀ, ਔਰ ਖਾਜਾ ਸਾਹਿਬ ਗਰੀਬ ਨਵਾਜ਼ ਦਾ ਦਰਬਾਰ ਵੀ ਇਤਨਾ ਅਲੀ ਸ਼ਾਨ ਬਣ ਸੀ ਦੁਨੀਆ ਵਿੱਚ ਸੀ ਇਨਸ਼ਾਅੱਲਾ। ਔਰ ਅੱਲਾ ਦੇ ਫਜ਼ਲ ਕਰਮ ਨਾਲ ਅਗਰ ਬੀਪੀ 103 ਦੇ
ਦੋਸਤਾਂ ਨੇ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਕਾਮਯਾਬ ਕਰਾ ਦਿੱਤਾ। ਇੱਜ਼ਤ ਜ਼ਿਲਤ ਅੱਲਾਹ ਕੋਲੇ ਵੱਡੇ ਬੋਲ ਨਹੀਂ ਬੋਲਦੇ, ਲੇਕਿਨ ਮਿਹਨਤ ਅਲੀ ਅਖੀਰ ਕਰਸਾ ਇਨਸ਼ਾਅੱਲਾ। ਤੇ ਇਨਸ਼ਾਅੱਲਾ ਇਸ ਇਲੈਕਸ਼ਨ ਵਿੱਚ ਅਗਰ ਕਾਮਯਾਬ, ਅੱਲਾਹ ਪਾਕ ਨੇ ਇਨਸ਼ਾਅੱਲਾ ਕਾਮਯਾਬੀ ਅਤਾ ਫਰਮਾਈ ਤੇ ਇਸ ਇਲਾਕੇ ਦੀਆਂ ਪਸਮਾਨਗੀਆਂ ਵੀ ਦੂਰ ਹੋ ਸਕਣ। ਔਰ ਤੁਸੀਂ ਨੀਅਤ ਵੇਖੋ ਕਿ ਸਹੀਆਜ਼ਾਦਿਆਂ ਦੀ ਨੀਅਤ ਕਿੱਡੀ ਚੰਗੀ ਆਈ, ਇਹਨਾਂ ਨੀਤੂ ਹੋ ਕੇ ਨਹੀਂ ਪਾਈ। ਵੇਖੋ ਨਾ, ਵੱਡੇ ਬੋਲ ਨਹੀਂ, ਲੇਕਿਨ ਸਾਡੀ ਨੀਅਤ ਜ਼ਰੂਰ ਵੇਖਣਾ ਚਾਹੀਦਾ। ਅੱਲਾਹ ਪਾਕ ਅਮਲ ਦੀ ਤੌਫੀਕ ਦੇਵੇ, ਅੱਲਾਹ ਪਾਕ ਇਸ ਤਰ੍ਹਾਂ ਤੁਹਾਨੂੰ, ਤੁਸੀਂ ਇੱਜ਼ਤ ਵਾਲੇ ਲੋਕ ਹੋ ਔਰ ਤੁਸੀਂ ਗੈਰਤ ਵਾਲੇ ਲੋਕ ਹੋ, ਰਾਵੀ ਦੇ ਲੋਕ ਇੱਜ਼ਤ ਵਾਲੇ ਲੋਕ ਹੈ, ਤੇ ਤੁਸੀਂ ਇਨਸ਼ਾਅੱਲਾ ਸਾਡੀ ਇੱਜ਼ਤਾਂ ਔਰ ਤੁਹਾਡੀਆਂ ਇੱਜ਼ਤਾਂ ਵੱਖਰੀਆਂ ਨਹੀਂ ਹੈ। ਉਹਨਾਂ ਕਰੀਏ ਦੋ ਸ਼ੇਰ ਸਲਾਮ ਵੀ ਪੜੇ ਜਾ ਸਕਣ, ਤੇ ਉਸ ਤੋਂ ਬਾਅਦ ਦੁਆਏ ਖੈਰ ਔਰ